ਦੋ ਦਿਨ ਪਹਿਲਾਂ ਹੀ ਐਤਵਾਰ ਵਾਲੇ ਦਿਨ ਵੀ ਇੱਕ ਪੰਜਾਬੀ ਨੌਜਵਾਨ ਦੇ ਉੱਤੇ ਹਮਲਾ ਹੋਇਆ ਸੀ, ਪਰ ਉਹ ਕਿਰਪਾ ਉਹਨਾਂ 'ਤੇ ਹੋਈ ਕਿ ਉਹ ਬਚ ਗਏ, ਲੇਕਿਨ ਇਹ ਨੌਜਵਾਨ ਜੋ ਹੈ ਆਪਣੀ ਜਾਨ ਗੁਆ ਬੈਠਾ ਹੈ। ਮੈਨੂੰ ਕੋਲ ਆਈ ਰਾਤੀ ਅਤੇ ਜਿਹੜੀ ਉਹਦੇ ਨਾਲ ਫਰੈਂਡ ਸੀਗੀ ਅਤੇ ਉਹਨਾਂ ਨੇ ਕੋਲ ਕੀਤਾ ਵੀ ਕੁਲਵਿੰਦਰ ਨੂੰ ਕਿਸੇ ਨੇ ਚੈਸਟ 'ਤੇ ਨਾਈਫ ਮਾਰਤਾ, ਪਰ 911 ਵੱਲੋਂ ਉਹਨਾਂ ਨੇ ਕੋਲ ਕਰ ਦਿੱਤੀ ਹੈ ਪਰ ਉਹ ਠੀਕ ਹੈ ਅਤੇ ਉਹ ਚੈੱਕ ਕਰ ਰਹੇ ਹੈ। ਲੇਕਿਨ ਪੁਲਿਸ ਨੇ ਸਾਨੂੰ ਕੋਈ ਇਨਫੋ, ਸਾਨੂੰ ਹੁਣ ਤੱਕ ਇਹ ਨਹੀਂ ਪਤਾ ਕਿ ਉਹਦੀ ਬੋਡੀ ਕਿੱਥੇ ਪਈ ਹੈ, ਕਿਸ ਹਾਲਤ 'ਚ ਹੈ, ਕੀ ਉਹਦੇ ਨਾਲ ਹੋਇਆ। ਅਸੀਂ ਸਿਰਫ ਭਟਕ ਰਹੇ ਹਾਂ ਕਿ ਸਾਡੀ ਕੋਈ ਹੈਲਪ ਕਰ ਦੇ। ਉਹਦੇ ਫਾਦਰ ਮਦਰ ਦੋਨੇ ਇੰਡੀਆ ਦੇ ਵਿੱਚ ਨੇ। ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਕੱਲ੍ਹ ਰਾਤ ਨੂੰ, ਜਿੱਥੇ ਕਿ ਕੁਲਵਿੰਦਰ ਸਿੰਘ ਸੋਹੀ 28 ਸਾਲ ਦਾ ਇਹ ਨੌਜਵਾਨ ਜੋ ਹੈ ਆਪਣੀ ਜਾਨ ਗੁਆ ਬੈਠਾ ਹੈ, ਕਿਉਂਕਿ ਵਾਈਟ ਰੌਕ ਦੇ ਵਿੱਚ ਇਹ ਪੀਅਰ ਜਿਹੜਾ ਹੈਗਾ ਉਸਦੇ ਆਸ ਪਾਸ ਹੀ ਬੈਠੇ ਹੋਏ ਸਨ। ਇਹ ਅਤੇ ਇਹਨਾਂ ਦੇ ਇੱਕ ਫਰੈਂਡ ਬੈਠੇ ਅਤੇ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕੱਲ੍ਹ ਰਾਤ 9:30 ਦੇ ਕਰੀਬ। ਕੈਨੇਡਾ ਇਸ ਮੁਲਕ ਜਿੱਥੇ ਅਸੀਂ ਆਏ, ਸੇਫਟੀ ਅਤੇ ਸਿਕਿਉਰਿਟੀ ਦਾ ਇੱਕ ਮੁੱਖ ਕਾਰਨ ਸੀ ਕਿ ਇੱਥੇ ਸੇਫਟੀ ਹੈ, ਲੇਕਿਨ ਅਨਫੋਰਚੁਨੇਟਲੀ ਪਿਛਲੇ ਕੁਝ ਸਮੇਂ ਤੋਂ ਹਾਲਾਤ ਵਿਗੜ ਰਹੇ ਨੇ। ਦੋ ਦਿਨ ਪਹਿਲਾਂ ਹੀ ਐਤਵਾਰ ਵਾਲੇ ਦਿਨ ਵੀ ਇੱਕ ਪੰਜਾਬੀ ਨੌਜਵਾਨ ਦੇ ਉੱਤੇ ਹਮਲਾ ਹੋਇਆ ਸੀ, ਪਰ ਉਹ ਕਿਰਪਾ ਉਹਨਾਂ 'ਤੇ ਹੋਈ ਕਿ ਉਹ ਬਚ ਗਏ, ਲੇਕਿਨ ਇਹ ਨੌਜਵਾਨ ਜੋ ਹੈ ਆਪਣੀ ਜਾਨ ਗੁਆ ਬੈਠਾ ਹੈ। ਇਸ ਸੰਬੰਧ ਵਿੱਚ ਇਹਨਾਂ ਦੇ ਮਿੱਤਰ ਗਗਨ ਅਤੇ ਸਿਮਰਨ ਜੀ ਸਾਡੇ ਕੋਲ ਸਟੂਡੀਓ ਵਿੱਚ ਪਹੁੰਚੇ ਨੇ ਅਤੇ ਇਹਨਾਂ ਕੋਲੋਂ ਜਾਣਕਾਰੀ ਲੈਣੇ ਅਸਲ ਵਿੱਚ ਹੋਇਆ ਕੀ ਅਤੇ ਕੀ ਮਾਜਰਾ ਹੈ। ਜੀ ਗਗਨ ਅਤੇ ਸਿਮਰਨ ਜੀ, ਇਹਨੂੰ ਤੁਹਾਡਾ ਵੈਲਕਮ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਅਫਸੋਸ ਹੈ ਕਿ ਇਹ ਘਟਨਾ ਵਾਪਰੀ ਹੈਗੀ ਹੈ ਅਤੇ ਇਸ ਦੇ ਵਿੱਚ ਕੁਲਵਿੰਦਰ ਸਿੰਘ ਸੋਹੀ ਆਪਣੀ ਜਾਨ ਗੁਆ ਬੈਠੇ ਨੇ। ਸਿਮਰਨ, ਤੁਸੀਂ ਉਹਨਾਂ ਦੇ ਕਲੋਜ਼ ਫਰੈਂਡ ਹੈਗੇ ਹੋ, ਕੀ ਹੋਇਆ ਸੀ, ਕੀ ਪਤਾ ਲੱਗਿਆ ਤੁਹਾਨੂੰ ਕੱਲ੍ਹ ਰਾਤ ਨੂੰ, ਕੀ ਕੁਝ ਹੋਇਆ? ਓਕੇ ਜੀ, ਮੈਨੂੰ ਕੋਲ ਆਈ ਰਾਤੀ ਅਤੇ ਜਿਹੜੀ ਉਹਦੇ ਨਾਲ ਫਰੈਂਡ ਸੀਗੀ ਅਤੇ ਉਹਨਾਂ ਨੇ ਕੋਲ ਕੀਤਾ ਵੀ ਕੁਲਵਿੰਦਰ ਨੂੰ ਕਿਸੇ ਨੇ ਚੈਸਟ 'ਤੇ ਨਾਈਫ ਮਾਰਤਾ, ਪਰ 911 ਵੱਲੋਂ ਉਹਨਾਂ ਨੇ ਕੋਲ ਕਰ ਦਿੱਤੀ ਹੈ ਪਰ ਉਹ ਠੀਕ ਹੈ ਅਤੇ ਉਹ ਚੈੱਕ ਕਰ ਰਹੇ ਹੈ। ਸੋ ਮੈਂ ਕਿਹਾ ਮੈਂ ਆਉਂਦਾ ਵੇ ਹਾਂ ਵੀ ਮੈਂ ਆਉਣਾ ਪਿਆ। ਸੋ ਇੰਨੇ ਕੁ ਨੂੰ ਮੈਂ ਜਦੋਂ ਜਾ ਰਿਹਾ ਸੀ 5-10 ਮਿੰਟ 15 ਕੁ ਮਿੰਟ ਤੱਕ ਮੈਨੂੰ ਉਹਦੀ ਕੋਲ ਆਉਂਦੀ ਹੈ, ਫਿਰ ਕਹਿੰਦੀ ਵੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਹਿ ਤਾ ਵੀ ਡੈਥ ਹੋ ਚੁੱਕੀ ਹੈ। ਬਟ ਮੈਂ ਉਸ ਤੋਂ ਬਾਅਦ ਸਾਰੇ ਉੱਥੇ ਸੀਗੇ, ਪਰ ਮੈਨੂੰ ਉਹ ਹਿੱਟ ਕਰਕੇ ਭੱਜਿਆ ਅਤੇ ਉਹ ਪਾਰਕਿੰਗ ਲੋਟ 'ਚ ਆ ਚੁੱਕਿਆ ਸੀ ਕੁਲਵਿੰਦਰ। ਪਰ ਸੋ ਇਹ ਕਿਤੇ ਬੈਂਚ 'ਤੇ ਬੈਠੇ ਹੋਏ? ਹਾਂਜੀ, ਇਹ ਬੈਂਚ 'ਤੇ ਬੈਠੇ ਸੀ ਜੋ ਜਿਹੜੇ ਬਣੇ ਹੋਏ ਨੇ ਅੱਗੇ। ਹਾਂਜੀ, ਇੱਦਾਂ ਨਹੀਂ ਸੀਗਾ ਵੀ ਕੋਈ ਕੁਆਇਟ ਪਲੇਸ ਨਹੀਂ, ਬਿਲਕੁਲ ਪਬਲਿਕ ਏਰੀਆ ਸੀ। ਉੱਥੇ ਨਾਲ ਦੀ ਨਾਲ ਪਬਲਿਕ ਹੋ ਵੀ ਗਈ, ਸਾਰੇ ਨੇ ਕੋਲ ਕੀਤੀ 911 'ਤੇ। ਬਟ ਪਤਾ ਨਹੀਂ ਹੁਣ ਅੱਗੇ ਕੁਛ ਨਹੀਂ ਆ ਰਿਹਾ, ਸਾਨੂੰ ਪੁਲਿਸ ਕੁਛ ਵੀ ਨਹੀਂ ਦੱਸ ਰਹੀ ਇੱਦਾਂ ਦਾ ਕੁਛ ਵੀ ਸਾਨੂੰ ਕਿੱਥੇ ਬੋਡੀ ਹੈ। ਸੋ ਉਹਨੂੰ ਸਟੈਬ ਕੀਤਾ ਗਿਆ, ਛੁਰਾ ਮਾਰਿਆ ਗਿਆ? ਛੁਰਾ ਮਾਰਿਆ ਗਿਆ, ਪਰ ਪੁਲਿਸ ਨੇ ਜੋ ਆਏ ਅਤੇ ਮੇਰੇ ਨਾਲ ਫਰੈਂਡ ਹੈਗਾ ਕੁਲਵਿੰਦਰ, ਉਹਨਾਂ ਨੂੰ ਜੋ ਦੱਸਿਆ ਵੀ ਉਹ ਉਹਦੇ ਲੱਗਿਆ ਨਾਈਫ ਅਤੇ ਉਸ ਤੋਂ ਬਾਅਦ ਉਹਨੂੰ ਹਾਰਟ ਅਟੈਕ ਆਇਆ। ਸੋ ਲਾਈਕ ਮੇਰਾ ਮੋਟਿਵ ਇਹ ਹੈ ਵੀ ਉਹ 15-20 ਮਿੰਟ ਉਹ ਲਾਈਫ ਸੀ, ਵੀ ਉਹਨੂੰ ਕਿਸੇ ਨੇ ਪੁਲਿਸ ਵੀ ਟਰਾਈ ਨਹੀਂ ਕੀਤਾ ਵੀ ਹੋਸਪਿਟਲ ਲੈ ਕੇ ਜਾਈਏ। ਕੁਛ ਦੱਸਿਆ ਕਿ ਕਿੰਨੀ ਦੇਰ ਬਾਅਦ ਪੁਲਿਸ ਪਹੁੰਚ ਗਈ ਸੀ ਉੱਥੇ? ਇੱਦਾਂ ਦਾ ਮੈਨੂੰ ਪੱਕਾ ਨਹੀਂ ਪਤਾ, ਪਰ ਜਿੰਨਾ ਕੁ ਵੀ ਆਇਆ ਉਹ ਲਾਈਵ ਸੀ 15-20 ਮਿੰਟ। ਕਰਦਾ ਕੀ ਸੀ ਜੀ ਕੁਲਵਿੰਦਰ ਸਿੰਘ ਸੋਹੀ, ਕੀ ਕਰਦੇ ਸੀ? ਅਸੀਂ ਇਕੱਠੇ ਆਏ ਸੀਗੇ ਜੀ ਕੈਨੇਡਾ ਤੇ। ਕਦੋਂ ਆਏ ਸੀ? 2018 ਦੇ ਵਿੱਚ ਅਸੀਂ ਆਏ ਸੀਗੇ। ਐਜ਼ ਅ ਸਟੂਡੈਂਟ? ਨਹੀਂ ਜੀ, ਵਰਕ ਪਰਮਿਟ ਤੇ ਆਏ ਸੀ। ਅੱਛਾ, ਤੇ ਉਹਨੇ ਸਟਾਰਟ ਪਲੰਬਿੰਗ ਤੋਂ ਹੀ ਕੀਤੀ ਸੀ ਤੇ ਉਹ ਮਤਲਬ ਮੈਂ ਵੀ ਪਲੰਬਰ ਹਾਂ ਤੇ ਉਹ ਵੀ ਪਲੰਬਰ ਸੀਗਾ ਤੇ ਉਹ ਲੱਗਿਆ ਤੇ ਵਧੀਆ ਕੰਮ ਸਿੱਖਿਆ ਉਹਨੇ। ਉਸ ਤੋਂ ਬਾਅਦ ਉਹਨੇ PR ਕੀਤੀ ਤੇ ਹੁਣ ਉਹ ਲਾਈਕ ਵਧੀਆ ਕੰਪਨੀ 'ਚ, ਉਹਦੇ ਕੋਲ ਹੁਣ ਰੀਸੈਂਟਲੀ ਉਹਨੇ ਪਲੰਬਿੰਗ ਦੀ ਟਿਕਟ ਲਈ ਸੀ ਤੇ ਉਹਨੇ ਆਪਣਾ ਕੰਪਨੀ ਆਈ ਥਿੰਕ ਹੁਣੇ ਖੋਲ੍ਹਣੀ ਸੀ ਨੈਕਸਟ ਮੰਥ। ਸੋ ਪਲੰਬਰ ਸੀਗਾ ਉਹ, ਹਾਈ ਰਾਈਜ਼ 'ਚ ਕੰਮ ਕਰਦਾ ਸੀ, ਲਾਈਕ ਬਹੁਤ ਵਧੀਆ ਪਲੰਬਰ ਸਿੱਖ ਹੁੰਦੇ ਆ ਵੀ ਆਪਾਂ ਸਾਰੇ ਹੈਗੇ ਹਾਂ। ਇੱਕ ਉਹਦਾ ਜੇ ਤੁਸੀਂ ਉਹਨੂੰ ਕੋਈ ਗੱਲ ਕਹਿ ਤੀ ਤਾਂ ਉਹਨੇ ਤੁਹਾਨੂੰ ਮਿੰਟ 'ਚ ਕੈਚ ਕਰਕੇ ਉਹ ਆਪਣਾ ਵਰਕ ਕਰ ਦੇਣਾ।
ਵੈਰੀ ਸੈਡ, ਬਹੁਤ ਸੈਡ ਹੈ। ਅਤੇ ਗਗਨ ਜੀ, ਤੁਸੀਂ ਕੀ ਇਸ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ? ਤੁਸੀਂ ਕੁਛ ਪੱਖ ਜਿਹੜੇ ਨੇ ਲਿਆਉਣਾ ਚਾਹੁੰਦੇ ਹੋਗੇ ਕਿ ਉਹਨਾਂ ਨੂੰ ਸਹੀ ਸਪੋਰਟ ਨਹੀਂ ਦਿੱਤੀ ਗਈ, ਸ਼ਾਇਦ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਸੀ, ਇਹ ਕਿਸ ਆਧਾਰ 'ਤੇ ਤੁਸੀਂ ਗੱਲ ਕਰ ਰਹੇ ਹੋ? ਸੋ ਸਭ ਤੋਂ ਪਹਿਲਾਂ ਤਾਂ ਜੀ, ਇਹ ਦੋ ਦਿਨ ਪਹਿਲਾਂ ਹੀ ਜਿਵੇਂ ਤੁਸੀਂ ਦੱਸਿਆ ਆਪਣੇ ਇੱਕ ਪੰਜਾਬੀ ਨੌਜਵਾਨ ਦੇ ਨਾਲ ਹੋਇਆ, ਅਤੇ ਜਦੋਂ ਵਿਟਨੈਸਿਸ ਨੇ ਦੱਸਿਆ ਸੇਮ ਉਹਦੀ ਡਿਸਕ੍ਰਿਪਸ਼ਨ ਸੀ ਅਟੈਕਰ ਦੀ, ਤਾਂ ਸਾਡਾ ਫਸਟ ਇਹ ਸੀ ਕਿ ਕਿਉਂ ਪੁਲਿਸ ਨੇ ਉੱਥੇ ਐਕਸਟਰਾ ਸਿਕਿਉਰਿਟੀ ਜਾਂ ਕੁਛ ਨਹੀਂ ਕੀਤਾ ਗਿਆ, ਪੁਲਿਸ ਅਵੇਅਰਨੈਸ ਕਿਉਂ ਨਹੀਂ ਦਿੱਤੀ ਗਈ। ਸੈਕਿੰਡਲੀ, ਉਸ ਲਈ ਉਹ ਜਦੋਂ ਪਾਰਕਿੰਗ ਲੋਟ ਦੇ ਵਿੱਚ ਸੀ, ਉਹਦੀ ਜਾਨ ਬਚਾਈ ਜਾ ਸਕਦੀ ਸੀ, ਉਹਨੂੰ ਹੋਸਪਿਟਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਜੋ ਕਿ ਨਹੀਂ ਕੀਤੀ ਗਈ। ਤੀਜੀ ਤਰ੍ਹਾਂ ਕਿ ਹੋਸਪਿਟਲ ਨਹੀਂ ਲੈ ਗਏ, ਨਹੀਂ ਹੋਸਪਿਟਲ, ਜੋ ਸਾਨੂੰ ਇਨਫੋਰਮੇਸ਼ਨ ਹੈ, ਕਿਉਂਕਿ ਜੋ ਸਾਨੂੰ ਪੁਲਿਸ ਨੇ ਦੱਸਿਆ, ਕੋਈ ਉੱਥੇ ਉਹਨਾਂ ਨੇ ਪੁਲਿਸ ਉੱਥੇ ਲੈ ਕੇ ਨਹੀਂ ਗਈ, ਸਿਰਫ ਉਹਨੂੰ ਐਂਬੂਲੈਂਸ ਦੇ ਵਿੱਚ ਉੱਥੇ ਡਿਕਲੇਅਰ ਕੀਤਾ। ਅਸੀਂ ਖੁਦ ਵਾਈਟ ਰੌਕ ਹੋਸਪਿਟਲ ਗਏ ਕਿ ਸ਼ਾਇਦ ਉਹ ਉੱਥੇ ਹੋਵੇ, ਕਿਉਂਕਿ ਅਸੀਂ ਹੋਰ ਕੁਛ ਕਰ ਨਹੀਂ ਸਕਦੇ ਸੀ, ਅਸੀਂ ਚੈੱਕ ਹੀ ਕਰ ਸਕਦੇ ਸੀ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਨਹੀਂ ਕੋਈ, ਅਸੀਂ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਨਹੀਂ ਦੱਸ ਸਕਦੇ। ਪਰ ਕੁਲਵਿੰਦਰ ਦੇ ਨਾਲ ਜਿਹੜੇ ਉਹਨਾਂ ਦੇ ਫਰੈਂਡ ਹੈਗੇ ਸੀ, ਕਿ ਉਹ ਅਸੀਂ ਉੱਥੇ ਹੀ ਰਹੇ ਜਦ ਤੱਕ ਇਹ ਸਭ ਕੁਛ ਹੋਇਆ, ਉੱਥੋਂ ਆ ਗਏ ਜਦੋਂ ਉਹਦੀ ਲਾਈਕ ਬਾਡੀ ਨੂੰ ਐਂਬੂਲੈਂਸ ਉਹਨਾਂ ਨੂੰ ਫਿਰ RCMP ਘਰੇ ਛੱਡ ਗਈ ਸੀ। ਲੇਕਿਨ ਇਹ ਸਾਰਾ ਇੰਸੀਡੈਂਟ ਉਹਨਾਂ ਨੇ ਆਪ ਦੇਖਿਆ, ਖੁਦ ਦੇਖਿਆ। ਤੇ ਪਰ ਸਾਨੂੰ ਇੱਕ ਇਹ ਵੀ ਚੀਜ਼ ਹੈ ਕਿ ਇੰਨੇ ਵੱਡੀ ਇੰਸੀਡੈਂਟ ਹੋ ਰਹੇ ਨੇ, ਲੇਕਿਨ ਪੁਲਿਸ ਨੇ ਸਾਨੂੰ ਕੋਈ ਇਨਫੋ, ਸਾਨੂੰ ਹੁਣ ਤੱਕ ਇਹ ਨਹੀਂ ਪਤਾ ਕਿ ਉਹਦੀ ਬੋਡੀ ਕਿੱਥੇ ਪਈ ਆ, ਕਿਸ ਹਾਲਤ 'ਚ, ਕੀ ਉਹਦੇ ਨਾਲ ਹੋਇਆ। ਅਸੀਂ ਸਿਰਫ ਭਟਕ ਰਹੇ ਹਾਂ ਕਿ ਸਾਡੀ ਕੋਈ ਹੈਲਪ ਕਰ ਦੇ। ਉਹਦੇ ਫਾਦਰ ਮਦਰ ਦੋਨੇ ਇੰਡੀਆ ਦੇ ਵਿੱਚ ਨੇ, ਔਰ ਉਹ ਇਸ ਟਾਈਮ ਰਾਤ ਹੈ ਉੱਥੇ ਸਾਰੇ ਬੈਠੇ ਨੇ, ਔਰ ਸਾਨੂੰ ਕਿਤੇ ਕੋਈ ਹੈਲਪ ਨਹੀਂ ਹੋ ਰਹੀ। ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੁਛ ਪਤਾ ਤਾਂ ਲੱਗੇ ਉਹਦੇ ਨਾਲ ਕੀ ਹੋਇਆ, ਔਰ ਅੱਗੇ ਵਾਲੀ ਗੱਲ ਇਹ ਹੈ ਕਿ ਐਟਲੀਸਟ ਉਹਨੂੰ ਜਸਟਿਸ ਤਾਂ ਮਿਲੇ। ਅਸੀਂ ਕੱਲ੍ਹ ਰਾਤੀ ਉੱਥੇ 12 ਵਜੇ ਗਏ ਹਾਂ ਵਾਈਟ ਰੌਕ, ਉੱਥੇ ਪੁਲਿਸ ਨੇ ਸਿਰਫ ਸਿੰਪਲ ਆਪਣੀ ਕੌਸ਼ਨ ਟੇਪ ਲਾਈ ਹੋਈ ਆ, ਕੋਈ ਉੱਥੇ ਕੋਈ ਇਹ ਨਹੀਂ ਹੈਗਾ ਵੀ ਲੱਗ ਰਿਹਾ ਕਿ ਉਹ ਕੁਛ ਗਸ਼ਤ ਕਰ ਰਹੇ ਨੇ ਜਾਂ ਕੁਛ, ਉਹਨੂੰ ਕੋਸ਼ਿਸ਼ ਕਰ ਰਹੇ ਨੇ ਲੱਭਣ ਦੀ ਕਿਸੇ ਨੂੰ, ਕੁਛ ਨਹੀਂ। ਆਪਣਾ ਬਸ ਉੱਥੇ ਖੜੇ ਨੇ, ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, 15 ਮਿੰਟ ਬਾਅਦ ਸਾਡੇ ਕੋਲ ਕੋਈ ਆਇਆ, ਸਾਨੂੰ ਕਹਿੰਦੇ ਅਸੀਂ ਕੁਛ ਨਹੀਂ ਦੱਸ ਸਕਦੇ, ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਆ। ਔਰ ਸਾਨੂੰ ਇਹ ਵੀ ਹੈ ਜਿਸ ਤਰੀਕੇ ਨਾਲ ਅੱਜ ਇਸ ਨਿਊਜ਼ ਬਾਹਰ ਆਈ ਹੈ ਇੱਕ ਮੀਡੀਆ ਆਊਟਲੈਟਸ ਦੇ ਵਿੱਚ ਕਿ ਇਹ ਹੋਮੋਸਾਈਡ ਹੈ, ਕਿ ਕੋਈ ਪਾਰਕਿੰਗ ਦੇ ਵਿੱਚ ਮਰਿਆ ਹੋਇਆ ਪਾ ਗਿਆ, ਇਹੋ ਜਿਹਾ ਨਹੀਂ ਹੈ। ਉਸਨੇ ਕੋਸ਼ਿਸ਼ ਕੀਤੀ, ਸੇਮ ਜਗ੍ਹਾ 'ਤੇ ਹੋਇਆ, ਸਟੈਬਿੰਗ ਦੀ ਇੰਸੀਡੈਂਟ ਹੈ। ਸੋ ਅਸੀਂ ਇਹ ਕਹਿ ਰਹੇ ਹਾਂ ਵੀ ਅੱਜ ਵੀ ਉੱਥੇ ਡੇਂਜਰ ਹੈ, ਔਰ ਪੁਲਿਸ ਨੇ ਕੋਈ ਅਵੇਅਰਨੈਸ ਨਹੀਂ ਲਾਂਚ ਕੀਤੀ। ਸੋ ਕੋਈ ਉੱਥੇ ਪੁਲਿਸ ਦੀ ਗੱਡੀ ਨਹੀਂ, ਕੋਈ ਕੁਛ ਨਹੀਂ, ਸਿਰਫ ਟੇਪ ਲੱਗੀ, ਟੇਪ ਲੱਗੀ। ਪੁਲਿਸ ਦੀ ਗੱਡੀ ਸੀ ਉੱਥੇ, 2 ਪੁਲਿਸ ਦੀ ਗੱਡੀਆਂ ਖੜੀਆਂ ਸੀ ਆਪਣੀ ਰੈਗੂਲਰ, ਉਹ ਉੱਥੇ ਖੜੇ ਸੀ, ਸਾਨੂੰ ਨਹੀਂ ਪਤਾ ਕੀ ਹੋ ਰਿਹਾ ਸੀ। ਲੇਕਿਨ ਸਾਨੂੰ ਜੋ, ਅਸੀਂ ਫੈਮਿਲੀ ਹਾਂ, ਅਸੀਂ ਵਿਕਟਮ ਹਾਂ, ਕਿ ਅਸੀਂ ਟੈਕਸਪੇਅਰ ਹਾਂ, ਸਾਨੂੰ ਉਸ ਟਾਈਮ ਉੱਥੇ ਸਾਨੂੰ ਜੋ ਸਾਨੂੰ ਸਪੋਰਟ ਮਿਲਣੀ ਚਾਹੀਦੀ ਸੀ, ਸਾਨੂੰ ਐਂ ਲੱਗਿਆ ਕਿ ਸਾਨੂੰ ਸਾਡੀ ਹਰਾਸਮੈਂਟ ਹੋ ਰਹੀ ਹੈ, ਸਾਨੂੰ ਇਨਫੋਰਮੇਸ਼ਨ ਦੇ ਲਈ ਭੜਕਣਾ ਪੈ ਰਿਹਾ ਜਗ੍ਹਾ ਜਗ੍ਹਾ। ਬਹੁਤ ਅਫਸੋਸ ਹੈ ਜੀ ਕਿ ਇਹ ਹਾਦਸਾ ਵਾਪਰਿਆ, ਅਤੇ ਡੈਫੀਨੇਟਲੀ RCMP ਤੋਂ ਅਸੀਂ ਇਸਦੀ ਵਾਪਸ ਗੱਲਬਾਤ ਕਰਕੇ ਪਹੁੰਚਣੇ ਤੁਹਾਡੇ ਤੱਕ। ਲੇਕਿਨ ਇਹੋ ਜਿਹੇ ਇੰਸੀਡੈਂਟਸ ਖਾਸ ਤੌਰ 'ਤੇ ਜਿਹੜਾ ਅਜੇ ਪਰਸੋਂ ਹੀ ਹੋਇਆ, ਅਤੇ ਤੁਹਾਡੇ ਹਿਸਾਬ ਨਾਲ ਇੱਥੇ ਕੁਝ ਨਾ ਕੁਝ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਸੀ, ਇਸ ਵਿਅਕਤੀ ਦੀ ਜਾਨ ਬਚ ਸਕਦੀ ਸੀ ਜੇਕਰ ਉੱਥੇ ਪੁਲਿਸ ਦਾ ਪਹਿਰਾ ਹੁੰਦਾ। ਪਰ ਉਹ ਵਿਅਕਤੀ ਜਿਸ 'ਤੇ ਇਹ ਹਮਲਾ ਕੀਤਾ, ਉਸ ਬਾਰੇ ਕੁਛ ਪਤਾ ਚੱਲਿਆ? ਕੁਛ ਤੁਹਾਡੇ ਜਿਹੜੀ ਫਰੈਂਡਸ ਹਨ ਉਹਨਾਂ ਨੇ ਦੱਸਿਆ ਕਿ ਕੌਣ ਸੀ, ਕੀ ਉਹਨੇ ਪਾਇਆ ਹੋਇਆ ਸੀ? ਅਗੇਨ, ਅਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਪਾਂ, ਪਰ ਕੁਛ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਸਿਮੀਲਰ ਕਰ ਸਕਦੇ ਹਾਂ, ਕਿਉਂਕਿ ਜੋ ਨਿਊਜ਼ ਦੇ ਵਿੱਚ ਪੜਿਆ, CBC ਨਿਊਜ਼ ਦੇ ਵਿੱਚ ਜੋ ਪਰਸੋਂ ਅਟੈਕ ਹੋਇਆ ਸੰਡੇ ਨੂੰ, ਉਹਦੇ ਵਿੱਚ ਕਿਹਾ ਗਿਆ ਕਿ ਇੱਕ ਐਥਨਿਕ ਸਿਟੀ ਦਾ ਸੀਗਾ, ਉਹਦੇ 'ਤੇ ਬਲੈਕ ਗ੍ਰੇ ਹੁੱਡੀ ਪਾਈ ਹੋਈ ਸੀ, ਬਲੈਕ ਕੈਪ ਸੀਗੀ, ਜੋ ਸਾਨੂੰ ਉਹਦੀ ਫਰੈਂਡ ਨੇ ਵਿਟਨੈਸ ਦੱਸਿਆ ਉਸ ਟਾਈਮ ਕਿ ਸੇਮ ਐਥਨੀਸਿਟੀ ਦਾ ਸੀਗਾ, ਸੇਮ ਹਾਈਟ ਸੀ, ਗ੍ਰੇ ਹੁੱਡੀ ਸੀ, ਵਾਈਟ ਕੈਪ ਸੀ। ਸੋ ਜੋ ਇਨੀਸ਼ੀਅਲ ਡਿਸਕ੍ਰਿਪਸ਼ਨ ਹੈ ਉਹ ਸੇਮ ਹੈ, ਪਰ ਪੁਲਿਸ ਇਹਨੂੰ ਸ਼ਾਇਦ ਹੋਮੋਸਾਈਡ ਵੱਲ ਪਾ ਰਹੀ ਹੈ, ਔਰ ਕਹਿ ਰਹੀ ਹੈ ਕਿ ਇਹ ਕਿ ਹਾਰਟ ਅਟੈਕ ਉਸ ਤੋਂ ਬਾਅਦ ਹੋਇਆ, ਜਦਕਿ ਪੋਸਟਮਾਰਟਮ ਤੋਂ ਪਹਿਲਾਂ ਆਪਾਂ ਕਿਵੇਂ ਹਾਰਟ ਅਟੈਕ ਕਹਿ ਸਕਦੇ ਹਾਂ? ਜੀ ਬਿਲਕੁਲ,
ਵੈਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਅਸੀਂ ਤੁਹਾਡੇ ਨਾਲ ਇਸ ਦੁੱਖ ਭਰੇ ਸਮੇਂ ਦੇ ਵਿੱਚ ਸਾਂਝ ਪਾਉਂਦੇ ਹਾਂ ਨਾਲ ਅਤੇ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿ ਕੁਲਵਿੰਦਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਲੇਕਿਨ ਡੈਫੀਨੇਟਲੀ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਸ ਮੁਲਕ 'ਚ ਜਿਸ ਇਲਾਕੇ 'ਚ ਅਸੀਂ ਆਏ ਇਸ ਆਸ ਨਾਲ ਕਿੱਥੇ ਸੁਰੱਖਿਆ ਹੈਗੀ ਹੈ ਲੇਕਿਨ ਇਹਦੀਆਂ ਧੱਜੀਆਂ ਉੱਡ ਰਹੀਆਂ ਨੇ ਸੋ ਇਸ ਕਰਕੇ ਪੁਲਿਸ ਨੂੰ ਡੈਫੀਨੇਟਲੀ ਇਸ ਉੱਤੇ ਕੋਈ ਨਾ ਕੋਈ ਸਟੈਪ ਲੈਣਾ ਚਾਹੀਦਾ ਹੈ ਕਿ ਇਸ ਤਾਂ ਹੀ ਕਹਾਂਗੇ ਕਿ ਵਾਈਟ ਰੌਕ ਇੱਕ ਐਸੀ ਜਗ੍ਹਾ ਸਾਰੇ ਜਿਹੜੇ ਸਰੀ ਵਾਸੀ ਨੇ ਕਿ ਹਰ ਕੋਈ ਉੱਥੇ ਸ਼ਾਮ ਨੂੰ ਜਾਂਦਾ ਸਨਸੈਟ ਦੇਖਣ ਲਈ ਪਰ ਜੇ ਉੱਥੇ ਵੀ ਆਪਾਂ ਸੇਫ ਨਹੀਂ ਹੈਗੇ ਤਾਂ ਆਪਾਂ ਕਿੱਥੇ ਸੇਫ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਅਤੇ ਸ਼ੁਭਕਾਮਨਾਵਾਂ ਅਤੇ ਆਸ ਕਰਦੇ ਹਾਂ ਕਿ ਛੇਤੀ ਹੀ ਇਸ ਦੇ ਬਾਰੇ ਹੋਰ ਡਿਟੇਲ ਜਿਹੜੀਆਂ ਆਉਣ ਅਤੇ ਅਸੀਂ ਇਸ ਬਾਰੇ ਗੱਲਬਾਤ ਕਰ ਸਕੀਏ ਨਾਲ ਤੁਹਾਨੂੰ ਸਭ ਨੂੰ ਵੀ ਬੇਨਤੀ ਕਰਦੇ ਹਾਂ ਕਿ ਥੋੜ੍ਹਾ ਜਿਹਾ ਇਤਿਹਾਤ ਵਰਤੋ ਸ਼ਾਮ ਨੂੰ ਜੇਕਰ ਤੁਸੀਂ ਵਾਈਟ ਰੌਕ ਵਾਲੇ ਪਾਸੇ ਜਾਣ ਦੀ ਸੋਚ ਰਹੇ ਹੋ ਤਾਂ ਅਜੇ ਅਵੋਇਡ ਕੀਤਾ ਜਾਏ ਕਿਉਂਕਿ ਇਹ ਵਿਅਕਤੀ ਜਿਸਨੇ ਇਹ ਦੂਸਰਾ ਹਮਲਾ ਕਥਿਤ ਤੌਰ 'ਤੇ ਜਿਹੜਾ ਕੀਤਾ ਹੈਗਾ ਜੇ ਉਹੀ ਵਿਅਕਤੀ ਹੈ ਤਾਂ ਅਜੇ ਐਟ ਲੂਜ਼ ਹੈਗਾ ਪੁਲਿਸ ਨੇ ਕਿਸੇ ਨੂੰ ਅਜੇ ਹਿਰਾਸਤ ਵਿੱਚ ਨਹੀਂ ਲਿਆ ਸੋ ਜ਼ਰੂਰ ਇਤਿਹਾਤ ਵਰਤੋ ਪੇਅਰ ਦੇ ਕੋਲ ਵਾਈਟ ਰੌਕ ਦਾ ਜਿਹੜਾ ਹੈਗਾ ਉਸ ਇਲਾਕੇ ਤੋਂ ਗੁਰੇਜ਼ ਕਰੋ